ਹਜ਼ੂਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਹਦੀਅਤਾਂ ਤੋਹਫ਼ਾਤਾਂ ਤਬਰਕਤਾਂ ਆਜ਼ਾਦਾਂ ਪੇਸ਼ ਕਰਦੇ ਹਾਂ। ਆਪ ਦੀ ਤਫੈਲ ਜਿਤਨੇ ਨਬੀ ਸ਼ਹੀਦ ਸਲਾਹੀ ਬੰਦੀਆ ਸਰਹੰਦੀਆ ਚਿਸ਼ਤੀਆ ਕਾਦਰੀਆ ਔਲੀਆ ਖਾਨਦਾਨ ਦੇ ਬਜ਼ੁਰਗਾਂ ਦਰੂਬਾਂ ਨੂੰ ਪਹੁੰਚਾਉਂਦੇ ਹਾਂ। ਜਮੀਲ ਮੋਮਿਨੀਨ, ਜਮੀਲ ਮੋਮਿਨਾਤ, ਜਮੀਲ ਮੁਸਲਿਮੀਨ, ਜਮੀਲ ਮੁਸਲਿਮਾਤ, ਜੋ ਮੁਸਲਮਾਨ ਮਰਜ਼ੇ ਨੋਟ 'ਤੇ ਹੋ ਗੁਜ਼ਰੀਆਂ ਨੇ ਜਾਂ ਹੋਵੇਗੀ, ਸਾਰਿਆਂ ਦੇ ਰੂਬਾਂ ਨੂੰ ਪਹੁੰਚਾਉਂਦੇ ਹਾਂ। ਖਾਸ ਕਰਕੇ ਹਾਜ਼ਰੀਨ ਦੇ ਜਿਤਨੇ ਛੋਟੇ ਵੱਡੇ ਦੁਨੀਆਂ ਦਰੂ ਜਾ ਚੁੱਕੇ ਨੇ ਉਹਨਾਂ ਦੇ ਰੂਹ ਅਨੁਸਾਰ ਸਾਹਿਬ ਪੇਸ਼ ਕਰਦੇ ਹਾਂ। ਹਾਜ਼ਰੀਨ ਦੇ ਖਾਨਦਾਨ ਦੇ ਨਾਲ ਤਲਕ ਰੱਖਦਿਆਂ ਹੋਇਆਂ ਜਿਤਨੇ ਛੋਟੇ ਵੱਡੇ ਦੁਨੀਆਂ ਦਰੂ ਜਾ ਚੁੱਕੇ ਨੇ ਉਹਨਾਂ ਦੇ ਰੂਹ ਅਨੁਸਾਰ ਸਾਹਿਬ ਪੇਸ਼ ਕਰਦੇ ਹਾਂ। ਇਸ ਘਰ ਵਾਲਿਆਂ ਦੇ ਜਿਤਨੇ ਛੋਟੇ ਵੱਡੇ ਦੁਨੀਆਂ ਦਰੂ ਜਾ ਚੁੱਕੇ ਨੇ ਉਹਨਾਂ ਦੇ ਰੂਹ ਅਨੁਸਾਰ ਸਾਹਿਬ ਪੇਸ਼ ਕਰਦੇ ਹਾਂ। ਇਸ ਖਾਨਦਾਨ ਦੇ ਨਾਲ ਤਲਕ ਰੱਖਦਿਆਂ ਹੋਇਆਂ ਜਿਤਨੇ ਛੋਟੇ ਵੱਡੇ ਦੁਨੀਆਂ ਦਰੂ ਜਾ ਚੁੱਕੇ ਨੇ ਉਹਨਾਂ ਦੇ ਰੂਹ ਅਨੁਸਾਰ ਸਾਹਿਬ ਪੇਸ਼ ਕਰਦੇ ਹਾਂ। ਸ਼ਹੀਦਾਂ ਨੇ ਕਰਬਲਾ ਦਾ ਮਾਮਾ ਹਸਨ, ਮਾਮਾ ਹੁਸੈਨ ਜਿਤਨੇ ਵੀ ਸ਼ਹੀਦ ਹੋਏ ਨੇ ਉਹਨਾਂ ਦੇ ਰੂਹ ਅਨੁਸਾਰ ਸਾਹਿਬ ਪੇਸ਼ ਕਰਦੇ ਹਾਂ। ਨਬੀ ਪਾਕ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਵਾਲਦਿਆਂ ਦੇ ਰੂਹ ਅਨੁਸਾਰ ਸਾਹਿਬ ਪੇਸ਼ ਕਰਦੇ ਹਾਂ। ਮਾਈ ਸਾਹਿਬਾ ਦੇ ਰੂਹ ਅਨੁਸਾਰ ਸਾਹਿਬ ਪੇਸ਼ ਕਰਦੇ ਹਾਂ। ਸੁਫੀ ਨਵਾਬਦੀਨ ਸਾਹਿਬ ਦੇ ਰੂਹ ਅਨੁਸਾਰ ਸਾਹਿਬ ਪੇਸ਼ ਕਰਦੇ ਹਾਂ। ਬਈ ਦੇ ਮਾਈ ਦੇ ਰੂਹ ਅਨੁਸਾਰ ਸਾਹਿਬ ਪੇਸ਼ ਕਰਦੇ ਹਾਂ। ਮਹਬੂਬ ਦੀ ਉਮਤ ਦੀ ਰੂਹ ਅਨੁਸਾਰ ਸਾਹਿਬ ਪੇਸ਼ ਕਰਕੇ ਯਾ ਅੱਲਾ, ਖਾਸ ਕਰਕੇ ਭਾਈ ਬੂਟਾ ਸਾਹਿਬ, ਭਾਈ ਖਾਲਸ ਸਾਹਿਬ, ਯਾ ਅੱਲਾ ਬੱਚੀ ਸਾਦੀਆ, ਯਾ ਅੱਲਾ ਭਾਈ ਤਾਰਕ ਸਾਹਿਬ ਦੇ ਵਾਲਦਿਆਂ ਦੀ ਰੂਹ ਅਨੁਸਾਰ ਸਾਹਿਬ ਪੇਸ਼ ਕਰਦੇ ਹਾਂ। ਯਾ ਅੱਲਾ ਕਬੂਲੋ ਮਨਜ਼ੂਰ ਫਰਮਾ, ਇਸ ਦੀ ਬਰਕਤ ਨਾਲ ਉਹਨਾਂ ਕੋਲੋਂ ਦੁਨੀਆਂ ਤੇ ਰਹਿੰਦੀਆਂ ਹੋਈਆਂ ਜਿਹੜੇ ਵੀ ਸਗੀਰਕ ਬਿਦਾਗਨਾ ਹੋਏ ਨੇ, ਮਦੀਨੇ ਦੇ ਚਾਂਦ ਦੇ ਸਦਕੇ ਕਰਕੇ ਉਹਨਾਂ ਨੂੰ ਮਾਫ਼ ਫਰਮਾ, ਇਸ ਦੀ ਬਰਕਤ ਦੇ ਨਾਲ ਉਹਨਾਂ ਦੀ ਕਬਰ ਨੂੰ ਕੁਸ਼ਾਦਾ ਫਰਮਾ, ਇਸ ਦੀ ਬਰਕਤ ਦੇ ਨਾਲ ਉਹਨਾਂ ਦੀ ਕਬਰ ਨੂੰ ਇੱਕ ਜੰਨਤ ਦੀਆਂ ਬਾਗਾਂ ਚੋਂ ਬਾਗ ਬਣਾ ਦੇਈਂ। ਯਾ ਅੱਲਾ, ਇਸ ਦੀ ਬਰਕਤ ਦੇ ਨਾਲ ਆਪਣੇ ਮਹਬੂਬ ਦੇ ਮਲਾਦ ਦੀਆਂ ਰਹਿਮਤਾਂ ਉਹਨਾਂ ਦੀ ਕਬਰ ਤੇ ਨਾਜ਼ਲ ਅਤਾ ਫਰਮਾ, ਬੇਟੀਆਂ ਬੇਟੀਆਂ ਨੂੰ ਸਬਰੇ ਜ਼ਮੀਨ, ਉਸ ਤੋਂ ਬਾਅਦ ਅਜਰੇ ਜ਼ਮੀਨ ਅਤਾ ਫਰਮਾ, ਇਸ ਦੀ ਬਰਕਤ ਦੇ ਨਾਲ ਸਾਡੀਆਂ ਸਾਰਿਆਂ ਦੀਆਂ ਗਲੀਆਂ ਮੁਸ਼ਕਲਾਂ ਆਸਾਨ ਫਰਮਾ, ਇਸ ਦੀ ਬਰਕਤ ਦੇ ਨਾਲ ਸਾਡੀਆਂ ਸਾਰਿਆਂ ਦੀਆਂ ਗਲੀਆਂ ਮੁਸ਼ਕਲਾਂ ਆਸਾਨ ਫਰਮਾ, ਇਸ ਦੀ ਬਰਕਤ ਦੇ ਨਾਲ ਘਰ ਵਾਲਿਆਂ ਦੀਆਂ ਅਗਲੀਆਂ ਮੁਸ਼ਕਲਾਂ ਆਸਾਨ ਫਰਮਾ, ਇਸ ਦੀ ਬਰਕਤ ਦੇ ਨਾਲ ਘਰ ਵਾਲਿਆਂ ਦੀਆਂ ਅਗਲੀਆਂ ਮੁਸ਼ਕਲਾਂ ਆਸਾਨ ਫਰਮਾ, ਇਸ ਦੀ ਬਰਕਤ ਦੇ ਨਾਲ ਜੋ ਦੋਸ ਬਿਮਾਰ ਨੀ ਸ਼ਿਫਾਏ ਕਾਮਲਾ ਅਤਾ ਫਰਮਾ, ਰੂਹਾਨੀ ਬਿਮਾਰ ਨੀ ਰੂਹਾਨੀ ਸ਼ਿਫਾਏ ਕਾਮਲਾ ਅਤਾ ਫਰਮਾ, ਜਿਸਮਾਨੀ ਬਿਮਾਰ ਨੀ ਜਿਸਮਾਨੀ ਸ਼ਿਫਾਏ ਕਾਮਲਾ ਅਤਾ ਫਰਮਾ। ਯਾ ਅੱਲਾ, ਸ਼ਰੇ ਸ਼ੈਤਾਨ ਸ਼ਰੇ ਜ਼ਾਲਮਾ ਥੀ ਮਹਫੂਜ਼ ਰੱਖੀ, ਸ਼ਰੇ ਨਫ਼ ਸ਼ਰੇ ਦੁਨੀਆ ਥੀ ਮਹਫੂਜ਼ ਰੱਖੀ, ਗੈਰਾਂ ਦੁਰਾਂ ਸੋ ਡਾਟ ਕੇ ਆਪਣੇ ਹੀ ਦਰਸਤੇ ਖੜਾ ਹੋਣੇ ਦੀ ਤੋਫੀਕ ਅਤਾ ਫਰਮਾ। ਸਾਰੇ ਦੋਸਤ ਸਾਦਰ ਹੈ ਜੋ ਗੈਬ ਹੈ, ਸਭ ਨੂੰ ਆਪਣੀ ਮੰਜ਼ਿਲ ਮਕਸੂਦ ਤੇ ਪਹੁੰਚਾ ਦੇ। ਜਿਨ੍ਹਾਂ ਦੋਸਤਾਂ ਦੁਆ ਵਾਸਤੇ ਕਿਹਾ, ਯਾ ਅੱਲਾ ਸਾਰਿਆਂ ਦੀਆਂ ਨੇਕ ਤਮੰਨਾ ਨੇਕ ਦੁਆਵਾਂ ਕਬੂਲੋ ਮਨਜ਼ੂਰ ਫਰਮਾ। ਸਾਰੇ ਦੋਸਤ ਕਰਜ਼ਦਾਰ ਨੀ ਕਰਜ਼ੇ ਤੋਂ ਰਹਾਈ ਅਤਾ ਫਰਮਾ, ਸਾਰੇ ਦੋਸਤ ਬੇ ਔਲਾਦ ਨੀ ਲਾਦੇ ਨਰੀਨਾ ਅਤਾ ਫਰਮਾ, ਜਿਹਦੇ ਤੇਰੀ ਤੇ ਤੇਰੇ ਮਹਿਬੂਬ ਦੀ ਰਜ਼ਾਈ ਉਹੀ ਮੇਰੀ ਰਜ਼ਾਈ, ਆਪਣੇ ਮਹਿਬੂਬ ਦੇ ਮਲਾਦ ਦੇ ਸਦਕੇ ਕਰਕੇ ਇਸ ਘਰ ਚ ਸਾਡਿਆਂ ਸਾਰਿਆਂ ਦੇ ਘਰਾਂ ਚ ਰਹਿਮਤਾਂ ਅਤਾ ਫਰਮਾ, ਸਭ ਤੇਰੀ ਸੁਖ ਚ ਬਰਕਤ ਅਤਾ ਫਰਮਾ, ਸਭ ਤੇ ਕਾਰੋਬਾਰ ਚ ਬਰਕਤ ਅਤਾ ਫਰਮਾ, ਜਿਹਦੇ ਤੇਰੀ ਤੇ ਤੇਰੇ ਮਹਿਬੂਬ ਦੀ ਰਜ਼ਾਈ ਉਹੀ ਮੇਰੀ ਰਜ਼ਾਈ, ਆਪਣੇ ਮਹਿਬੂਬ ਦੇ ਮਲਾਦ ਦੇ ਸਦਕੇ ਕਰਕੇ ਦਿਲਾਂ ਦੀਆਂ ਭੇਤਾਂ ਤੋਂ ਬਿਹਤਰ ਜਾਣਨਾ ਵੇ, ਤਮਾਮ ਦੋਸਤਾਂ ਦੇ ਦਿਲ ਦੇ ਵਿੱਚ ਜੋ ਵੀ ਨੇਕ ਤਮੰਨਾ ਨੇ ਖਾਸ਼ਾ ਤੀ ਮੈਨੂੰ ਨਹੀਂ ਵੀ ਆ ਸਕਦੇ, ਮਦੀਨੇ ਦੇ ਚਾਂਦ ਦੇ ਸਦਕੇ ਕਰਕੇ ਯਾ ਅੱਲਾ ਪੂਰੀ ਫਰਮਾ। ਯਾ ਅੱਲਾ, ਇਸ ਦੀ ਬਰਕਤ ਦੇ ਨਾਲ ਆਪਣੇ ਮਹਿਬੂਬ ਦੇ ਮਲਾਦ ਦੀ ਰਹਿਮਤ ਦੇ ਨਾਲ ਸਾਡੀਆਂ ਸਾਰਿਆਂ ਦੀਆਂ ਖਾਲੀ ਜੋਲੀਆਂ ਆਪਣੇ ਮਹਿਬੂਬ ਦੇ ਮਲਾਦ ਦੀ ਰਹਿਮਤ ਦੇ ਨਾਲ ਭਰ ਦੇਈਂ। ਯਾ ਅੱਲਾ, ਇਸ ਦੀ ਬਰਕਤ ਦੇ ਨਾਲ ਜੋ ਦੋਸਤ ਬੇਨਮਾਜ਼ ਨੇ ਪੰਜ ਵਕਤ ਨਮਾਜ਼ ਪੜ੍ਹਨ ਦੀ ਤੋਫੀਕ ਅਤਾ ਫਰਮਾ, ਸਾਡੇ ਦੋਸਤ ਬੇਜ਼ਿਕਰ ਨੇ ਜ਼ਿਕਰ ਕਰਨ ਦੀ ਤੋਫੀਕ ਅਤਾ ਫਰਮਾ, ਜ਼ਿਕਰ ਕਰਨ ਵਾਲਾ ਦਿਲ ਅਤਾ ਫਰਮਾ, ਜ਼ਿਕਰ
کرنے والی زبان عطا فرما، اس دی برکت دے نال اپنے محبوب دی امت دی صلاح فرما، اس دی برکت دے نال سانو سارے نو نبی پاک حضرت محمد صلی اللہ علیہ وسلم دے روزے مبارک دی بار بار حاضری نصیب فرما، یا اللہ اس دی برکت دے نال اس بستی دے حال تے رحم فرما، یا اللہ اس بستی دے لوگاں نو نیک فرما، اس بستی لوگاں نو آپے چ پیار محبت کرنے دی توفیق عطا فرما، جنہاں دوستاں دعا واسطے کہ یا خط لکھ کے دعا واسطے کہ فیس بھی لیلا خدمت کر کے لودرا تو سفر کر کے تیری رضا دے واسطے آندے نہیں اور جاندے نہیں، یا اللہ سارے نو ظاہری اور باطنی مالا پال فرما، صلی اللہ علیہ حبیبہ محمد و علیہ وصحابہ اجمعین برحمت کے یا رحم